ਗੁੱਡ ਈਵਨਿੰਗ ਸਟੂਡੈਂਟ ਅੱਜ ਅਸੀਂ ਕਰਾਂਗੇ ਪੋਇਮ ਨੰਬਰ 6 ਸਾਡੀ ਪੋਇਮ ਦਾ ਨਾਮ ਹੈ ਫਾਦਰ রিটারਨ ਹੋਮ ਰਿਟਰਨਿੰਗ ਹੋਮ ਹਰ ਡਿਪੋਇਮ ਦਾ ਨਾਮ ਹੈ ਫਾਦਰ ਰਿਟਰਨਿੰਗ ਹੋਮ ਤੇ ਸਭ ਤੋਂ ਪਹਿਲਾਂ ਬੇਟਾ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੇ ਸੈਂ ਦਾ ਸਿਰਫ ਜਿਹੜੀ ਪੋਇਮ ਸਾਡੀਆਂ ਰਹਿੰਦੀਆਂ ਮੈਂ ਸੈਕਿੰਡ ਟਰਮ ਵਿੱਚ ਆਣੀਆਂ ਉਹਨਾਂ ਦੇ ਸਿਰਫ ਸੈਂਟਰ ਆਈਡੀਆ ਨੇ ਇਹਨਾਂ ਦੇ ਕੁਐਸਚਨ ਆਨਸਰ ਬਿਲਕੁਲ ਨਹੀਂ ਆਣੇ ਤੇ ਬੇਟਾ ਸਟੂਡੈਂਟ ਪੁੱਛ ਰਹੀ ਕਿ ਇੰਪੋਰਟੈਂਟ ਕੁਐਸਚਨ ਤਾਂ ਇਹਨਾਂ ਦੇ ਸਿਰਫ ਸੈਂਟਰ ਆਈਡੀਆ ਹੀ ਆਣੇ ਆ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਤਿੰਨੇ ਤੁਹਾਨੂੰ ਜਿਹੜੀਆਂ ਪੋਇਮ ਰਹਿੰਦੀਆਂ ਮੈਂ ਜਲਦੀ ਜੁ ਜਲਦੀ ਕਰਵਾ ਦਾਂ ਤੇ ਤਾਂ ਜੋ ਤੁਹਾਡੇ ਪੇਪਰਾਂ 'ਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ ਠੀਕ ਹੈ ਬੇਟਾ ਸ਼ੁਰੂ ਕਰ द पोइम फादर रिटर्न होम रिटर्निंग होम वाज रिटर्न बाय दिलीप चितरे इन दिस पॉइम द पॉइंट एक्सप्लेन दैट हाउ मैन इज सपरेटिड फ्रॉम अदर मैन कहना कि यह जी पोइम है कि द्वारा लिखी हुई है दिलीप चितरे द ਤੇ ਇਸ ਪੁਆਇੰਟ ਦੇ ਵਿੱਚ ਜਿਹੜਾ ਹੈ ਪੁਆਇੰਟ ਨੇ ਏਕਸਪਲੇਨ ਕੀਤਾ ਹੈ ਇਸ ਚੀਜ਼ ਦੀ ਵਿਆਖਿਆ ਕੀਤੀ ਹੈ ਕਿ ਕਿਸ ਤਰ੍ਹਾਂ ਅੱਜ ਦਾ ਜਿਹੜਾ ਇਨਸਾਨ ਹੈ ਇੱਕ ਦੂਜੇ ਇਨਸਾਨ ਤੋਂ ਅਲੱਗ ਹੋ ਰਿਹਾ ਹੈ ਦ ਵਰਡ ਇਜ਼ ਫੁੱਲ ਆਫ ਹਰੀ ਐਂਡ ਵਰੀ ਤੇ ਜਿਹੜਾ ਫੁੱਲ ਜਿਹੜਾ ਸਾਰੀ ਸੰਸਾਰ ਹੈ ਸਾਰੀ ਦੁਨੀਆ ਵਿੱਚ ਬਸ ਭੱਜ ਦੌੜ ਮੱਚੀ ਹੋਈ ਹੈ ਤੇ ਟੈਨਸ਼ਨਾਂ ਹੀ ਐ ਇਨਸਾਨ ਨੂੰ ਭੱਜ ਦੌੜ ਵੀ ਮੱਚੀ ਹੋਈ ਹੈ ਕੰਮ ਕਾਜ ਦੀ ਤੇ ਨਾਲੇ ਟੈਨਸ਼ਨਾਂ ਵੀ ਐ ਐਂਡ ਨੋਬਾਡੀ ਹੈਵ ਟਾਈਮ ਫੋਰ ਈਚ ਅਦਰ ਤੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਕਿਸੇ ਦੂਜੇ ਬੰਦੇ ਵਾਸਤੇ ਕਿਸੇ ਦੇ ਦੁੱਖ ਸੁੱਖ ਭੋਲਣ ਵਾਸਤੇ ਜਾਂ ਕਿਸੇ ਬੰਦੇ ਲਾਗੇ ਬਹਿਣ ਵਾਸਤੇ ਇੱਕ ਦੂਜੇ ਵਾਸਤੇ ਟਾਈਮ ਨਹੀਂ ਹੈਗਾ ਅਦਰ ਅਰਬਨ ਪੀਪਲ অর ਪੀਪਲ ਲਿਵਿੰਗ ਇਨ ਦ ਸੋਸਾਇਟੀ ਕਹਿੰਦਾ ਕਿ ਨਾ ਤੇ ਅਰਬਨ ਪੀਪਲਸ ਦੇ ਕੋਲ ਜਿਹੜੇ ਸ਼ਹਿਰੀ ਲੋਕ ਹਨ ਉਹਨਾਂ ਦੇ ਕੋਲ ਹੈ ਜਿਹੜੇ ਸੋਸਾਇਟੀਾਂ ਵਿੱਚ ਰਹਿੰਦੇ ਨੇ ਉਹਨਾਂ ਕੋਲ ਜਰਾ ਜਿੰਨਾ ਟਾਈਮ ਨਹੀਂ ਹੈਗਾ ਐਂਡ ਦ 올ਡ ਮੈਨ ਤੇ ਇਹਨਾਂ ਮਤਲਬ ਕਿ ਇਹਨਾਂ ਜਿਹੜੇ ਬਜ਼ੁਰਗ ਬੰਦੇ ਨੇ ਸਪੈਸ਼ਲੀ ਬਜ਼ੁਰਗ ਬੰਦੇ ਨੇ ਉਹਨਾਂ ਕੋ ਬੈਨ ਦਾ ਕਿਸੇ ਕੋ ਟਾਈਮ ਨਹੀਂ ਹੈਗਾ this people gives us them image of the old man who travel in the train every day for work in mumbai kende ki is jadi poem hai is poem de vich sanu ik us bande bare image da pata lagda oh eh, di picture sanu ae vekhne nu mildi hai ohde bare janan nu milda hai jada ki travel karta hai kis cheez de la, ट्रैवल करता है मुंबई च ट्रेन द्वारा ट्रैवल करता है हर रोज़ काम मुंबई जाता है जेडा ठीक है ही डज नोट फील कंफर्टेबल इन द इन दिस एटमोसफेयर एंड आल्सो फील द सेम वैन ही इज़ विद हिज़ फैमिली एंड विद हिज फ्रेंड्स और इवन वैन ही इज इन होम कि ਜਿਹੜਾ ਇਨਸਾਨ ਟਰੈਵਲ ਕਰਦਾ ਪਿਆ ਕਿ ਉਹਨੂੰ ਉਸ ਜਿਹੜਾ ਵਾਤਾਵਰਨ ਨਾ ਉਹਦੇ ਵਿੱਚ ਕੰਫਰਟੇਬਲ ਫੀਲ ਨਹੀਂ ਕਰਦਾ ਪਿਆ ਨਾ ਤੇ ਉਹ ਉਸ ਵਾਤਾਵਰਨ ਵਿੱਚ ਕੰਫਰਟੇਬਲ ਕਰਦਾ ਪਿਆ ਫੀਲ ਔਰ ਤੇ ਨਾ ਹੀ ਆਪਣੇ ਜਿਹੜੇ ਫੈਮਿਲੀ ਨਾਲ ਕੰਫਰਟੇਬਲ ਫੀਲ ਕਰਦਾ ਤੇ ਨਾ ਹੀ ਆਪਣੇ ਫਰੈਂਡਸ ਦੇ ਨਾਲ ਕੰਫਰਟੇਬਲ ਕਰਦਾ ਫੀਲ ਕਰਦਾ ਹੁਣ ਤੇ ਟਰੈਵਲ ਵਿੱਚ ਹੈ ਤੇ ਜਦੋਂ ਘਰ ਹੋਵੇ ਤਾਂ ਵੀ ਉਹ ਕੰਫਰਟੇਬਲ ਫੀਲ ਨਹੀਂ ਕਰਦਾ ਹੀ ਫੀਲ ਕੰਫਰਟੇਬਲ ਓਨਲੀ ਇਨ ਹਿਸ ਡ੍ਰੀਮ ਤੇ ਉਹ ਕੀ ਕਰਦਾ ਆਪਣੇ ਸਪਨਾ ਇਸ ਸਪਨਿਆਂ ਦੀ ਦੁਨੀਆ ਵਿੱਚ ਹੀ ਕੰਫਰਟੇਬਲ ਕਰਦਾ ਹੈ ਆਪਣੇ ਬਹੁਤ ਮਤਲਬ ਬਹੁਤ ਉਹਨੂੰ ਸਕੂਨ ਮਿਲਦਾ ਹੈ ਉਹਨੂੰ ਬੜਾ ਰੀਲਿਫ ਮਿਲਦਾ ਹੈ ਕਿਹੜੀਆਂ ਚੀਜ਼ਾਂ ਚ ਆਪਣੇ ਸਪਨਿਆਂ ਦੀ ਦੁਨੀਆ ਚ ਖੋ ਕੇ ਔਰ ਵੈਨ ਹੀ ਰਿਮੈਂਬਰ ਹਿਸ 올ਡ ਮੈਮਰੀਜ਼ ਤੇ ਜਦੋਂ ਉਹ ਆਪਣੀਆਂ ਪ੍ਰਾਣੀਆਂ ਯਾਦਾਂ ਨੂੰ ਯਾਦ ਕਰਦਾ ਹੈ ਆਪਣੇ 올ਡ ਮੈਮਰੀਜ਼ ਵਿੱਚ ਚਲ ਜਾਂਦਾ ਹੈ ਤਾਂ ਫਿਰ ਹੀ ਉਹਨੂੰ ਰੀਲਿਫ ਮਿਲਦਾ ਬੇਟਾ ਤੁਸੀਂ ਮੋਸਟਲੀ ਵੇਖਿਆ ਕਿ ਹੋਇਆ ਗਿਆ ਹੋਵੇਗਾ ਘਰ ਵਿੱਚ ਕੋਈ ਜਿਹੜਾ ਜੁਰਗ ਹੁੰਦਾ ਵਿਚਾਰਾ ਕੱਲਾ ਬੈਠਾ ਰਹਿੰਦਾ ਠੀਕ ਆ ਉਹ ਉਹ ਮਤਲਬ ਉਹਦੇ ਨਾਲ ਕੋਈ ਗੱਲ ਬਾਤ ਹਰ ਹਰ ਇੱਕ ਇਨਸਾਨ ਹਰ ਇੱਕ ਫੈਮਿਲੀ ਮੈਂਬਰ ਚਾਹੇ ਬੱਚੇ ਨੇ ਜਾਂ ਵੱਡੇ ਨੇ ਤਾਂ ਉਹ ਆਪਣੀ ਫੈਮਿਲੀ ਵਿੱਚ ਰੁੱਝ ਉਹ ਸੌਰੀ ਆਪਣੇ ਕੰਮਾਂ ਵਿੱਚ ਰੁੱਝੇ ਹੁੰਦੇ ਤੇ ਉਹਦੇ ਵੱਲ ਧਿਆਨ ਨਹੀਂ ਦਿੰਦਾ ਤੇ ਫਿਰ ਇਸ ਤਰ੍ਹਾਂ ਦੇ ਜਿਹੜੇ ਅਪੁਆਇੰਟ ਹੈ ਮੈਂ ਸਾਨੂੰ ਇਸ ਚੀਜ਼ ਦੀ ਮਤਲਬ ਬਾਰੇ ਜਾਣਕਾਰੀ ਦੇਣ ਲਈ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਕੋ ਵੀ ਹੁਣ ਬੈ ਕੇ ਟਾਈਮ ਪਾਸ ਕਰਨਾ ਚਾਹੀਦਾ ਉਹਨਾਂ ਦੇ ਹਾਲ ਪੁੱਛਣਾ ਚਾਹੀਦਾ ਉਹਨਾਂ ਨਾਲ ਜਿਹੜਾ ਟਾਈਮ ਸਪੈਂਡ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਕੱਲਾਪਣ ਨਾ ਫੀਲ ਹੋਵੇ ਠੀਕ ਹੈ ਬੇਟਾ ਇਹ ਹੈ ਡਿਪਲੋਏਮੈਂਟ ਤੇ ਨੈਕਸਟ ਵੀਡੀਓ ਵਿੱਚ ਮੈਂ ਦੂਜੀ ਪਤਾ ਨੂੰ ਪੋਇਮ ਕਰਾ ਦਾਂਗੀ ਤੇ ਬੇਟਾ ਮੈਨੂੰ 100% ਸ਼ੋਰ ਹੈ ਕਿ ਜਿਹੜਾ ਵੀ ਮੈਂ ਤੁਹਾਨੂੰ ਸਿਲੇਬਸ ਕਰਵਾਉਣ ਲਈ ਦਿਆਂ ਇਹਦੇ ਵਿੱਚੋਂ ਹੀ ਪੇਪਰ ਆਣਾ ਤੇ ਤੁਸੀਂ ਹਰ ਵੀਡੀਓ ਨੂੰ ਧਿਆਨ ਨਾਲ ਪੜ੍ਹਨਾ ਸੁਣਨਾ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਸੀਂ ਵੱਧ ਤੋਂ ਵੱਧ ਮੇਰੀ ਵੀਡੀਓ ਦਾ ਹੋਰ ਸਟੂਡੈਂਟ ਵੀ ਫਾਇਦਾ ਉਠਾ ਸਕਣ ਤੇ ਟੇਕ ਕੇਅਰ ਬੇਟਾ ਜੀ